अज मौका परियां कड़ा रोज रोनिया परकालिए एक यार दी भाई दी क्यों फुर्ती दादा किधर लेके निकल गया चावल मेरी तो घर थी ना भैन भी साल तपस्या की छड़ता नहीं किधर नु गया पर गए आया भैन दे यार दी की पाल दिया तार ते साध ने 20 साल हो गए इत्थे गोडे रगड़ाउंदे नु बच्चा फुर्ती दादा संगत भी लेट होगी कि नहीं ना संगत आऊगी गुरु जी आप ਥੋੜਾ ਅਗਲਾ ਕੰਮ ਧੰਦੇ ਜੁੜ ਗਿਆ ਹੁੰਦਾ ਪਰ ਇਸ ਵੇਲੇ ਤਾਂ ਛੱਟੇ ਛੁੱਟੇ ਵਾਲੀ ਆਉਂਦੇ ਦੂਜਾ ਦਾ ਕਿਹੜਾ ਕਹਿੰਦੇ ਛੱਟੇ ਵਾਲੀ ਆਉਣਗੇ ਇਸ ਵੇਲੇ ਜਾ ਦੇ ਤਾਂ ਤੇ ਤਵੀਤ ਧਾਗਾ ਤੂੰ ਆਪ ਲਿਖੀ ਜਾਈਂ ਜੇ ਕੋਈ ਮੈਂ ਲਿਖ ਦੂੰਗਾ ਹਾਂ ਆਉਂਦਾ ਤਾਂ ਕੀ ਛੁਣਛਣਾ ਆਪਾਂ ਨੂੰ ਵੀ ਪੱਤ ਕੱਢੇ ਲੋਕਾਂ ਦੇ ਬਾਈ ਮੜਾ ਕਰੜਾ ਰਹੀ ਉੱਚੀ ਬੋਲੀ ਅਗਲਾ ਡਰ ਜਾਂਦਾ ਹਾਂ ਇਹ ਫਰਕ ਤਾਂ ਹੈ ਇੱਕ ਗੱਲ ਹੋਰ ਆ ਜਿਹੜਾ ਆਪਾਂ ਕੋਈ ਸੱਟਾ ਲੈਵੇਂ ਉਹਨੇ ਅੱਖਰ ਕਰਕੇ ਸੁਨੇਹੀ ਪਤਾ ਲਿਆ ਪਿੰਡੋਂ ਵੀ ਕੀ ਆਇਆ ਕਿਉਂਦਿਆਂ ਨੂੰ ਕਿਉਂ ਕੱਲ ਨੂੰ ਆਇਆ ਕਹਿੰਦਾ ਕੰਚ ਦੇ ਬੜਾ ਪੱਕਾ ਹੀ ਲੇਟ ਹੋ ਗਏ ਅਹੀਂ ਤੋਰੀ ਫਿਰ ਹੋਰ ਇਹਨਾਂ ਹੋਰ ਤੜਕੇ ਨਾਲ ਇਹਨਾਂ ਨੂੰ ਕਹਿੰਦਾ ਲਿਆਓ ਸਮਾਨ ਗੁੜਚਾ ਹੋਰ ਹਾਂ ਤੇ ਨਾਲੇ ਇੱਕ ਆਪਾਂ ਛੋਟਾ ਚੇਲਾ ਰੱਖੀਏ ਮੰਨੀ ਪਾਣੀ ਦਾ ਔਖਾ ਹਨਾ ਹੋਰ ਤਾਂ ਇੱਥੋਂ ਵੀ ਹੁਣ ਉਹਨਾਂ ਜਾਈਦਾ ਨਹੀਂ ਕਾਲ ਹੋਰ ਰੱਖਾਂਗੇ ਕੋਈ ਚੇਲਾ ਰੱਖਾਂਗੇ ਭਾਲ ਲਾਂਗੇ ਚੇਲਾ ਮੰਨੀ ਪਾਣੀ ਨੂੰ ਰੱਖਾਂਗੇ ਚੇਲਾ ਸੰਗਤ ਆਉਂਦੀ ਆ ਓਏ ਆਉਣਗੇ ਤੁਹਾਨੂੰ ਆਖਿਆ ਕੋਈ ਸੱਟੇ ਸੁੱਟੇ ਵਾਲੇ ਹਾਂ ਆ ਗਈ ਸੰਗਤ ਹੁਣ ਉਹ ਜੇ ਹਿਸਾਬ ਨਾਲ ਰਹੀ ਹਾਂ गुरु लगे बैठे बैठे जो मनी पानी छक के बैठे सी फुर्ती गल्लां कहियां मैं संगत लेट हो गई अज मैं कोई आया गुरु जी कहिंदे भजन कर लईए घंटा मैं कर लैने आ मच्छर वाला हो रहा बाबा हां मच्छर तो है खर हुंदा साडे गुरु दे देखो नंगे पिंडी बैठा मच्छर च फिर फुर्ती दस ए कम ही ने आप कितों साधु संतां नूं की सवादां ताई है हां गुरु जी कोई रख्या बाबा मन्नी मुन्नी नूं कोई चेला मन्नी नूं असीं शया गल करी जांदे जी कोई हुण फुर्ती दस तों वी ओना तुरा फिरा हुंदा नहीं हां बाबा कोई रखांगे चेला मन्नी पाणी नूं औखा सानूं ठीक है बाबा हां ਕਹਿੰਦਾ ਗੁਰੂ ਜੀ ਕਰੜੇ ਵਾਲੇ ਆ ਮਾੜਾ ਚੇਲਾ ਖੜਦਾ ਹੀ ਨਹੀਂ ਮਾੜਾ ਕੱਟਦਾ ਨਹੀਂ ਸ਼ਿਰਾ ਸਾਡੇ ਕੋਈ ਸਾਡੀ ਫਿਰ ਰੂਲ ਜਿਹੜੇ ਹੋਰ ਨੇ ਸਾਨੂੰ ਕਰਮ ਕਰਿਆ ਸਾਡੇ ਹਾਂ ਬਾਬਾ ਆ ਮਾੜੇ ਬੰਦਾ ਸਾਡੇ ਕੋਲੇ ਕੱਟਦਾ ਨਹੀਂ ਫਰੇਕ ਬੰਦਾ ਕਰਦਾ ਨਹੀਂ ਗੁਰੂ ਜੀ ਹਾਂ ਕਰਕੇ ਰਾਜੀ ਨਹੀਂ ਕੋਈ ਹਾਂ ਹੋਰ ਬਾਬਾ ਕੋਈ ਨੰਬਰ ਨਹੀਂ ਦਿੱਤਾ ਨੰਬਰ ਦੇ ਦੇਾਂਗੇ ਤੈਨੂੰ ਨੰਬਰ ਹੈ ਤਾਂ ਮਾੜੀ ਚੀਜ਼ ਪਰ ਤੇਰੀ ਮਰਜ਼ੀ ਆ ਨੰਬਰ ਤੈਨੂੰ ਦੇ ਦੇਾਂਗੇ ਜੇ ਨੰਬਰ ਸਿੱਧੇ ਹੀ ਵੱਜਿਆ ਸੀ ਡਾਂਕਾ ਕਾਲਕਾ ਦੇ ਦਰਬਾਰ ਚੋਂ ਅੱਛਾ ਬਾਬਾ ਤੇ ਲਾ ਦੇ ਜੁੱਲੀਆਂ ਵੇਚ ਕੇ ਤਰ ਜਾਏਗਾ ਸ਼ਿਰਾ ਤੜਕੇ ਨੂੰ समझ गए गुरु जी मुंडे रोज का लाने पता इन्हां नूं बाबा दे गया नंबर नंबर आप रोज का काम है गुरु जी रोज आले बंदे फौज लगना भर्ती शरा हो जाएगा बाबा हो गया बेड़े पार आ फिर धन है बाबा एस की होना बाबा फिकर ना कर छिड़ा किसी गल का सीधा जाएगा तीर वांगू अज बारे बाबे आए हुए सी कुदरत मौका छोटा भिड़ गया आ गए फुर्ती दसा हां जी इन मुंडे नु तवीर दे भरती सीधा पिस्तौल वांगू चले रेस च लिख दें गुरु जी जाते हुए धागा नहीं जाते ठीक है दे देंगे छिड़ा गौर ना रखना
कच्ची लस्सी नाल धो के पा ली, जान वेले चांदी च मढ़ा के ना दवा कच्ची लस्सी नाल धो के सुचा रखी मेरा शेर। ठीक है जो तू हो गया भर्ती पहली तनखाह ते भंडारा बाबे ना करा दी पक्का मेरा शेर बेड़े पार हो जाएंगे। ना ना शेर अज तक संगत का भला करना और असि की करना भला करना संगत का शेरा पता और इथे दा की लाया जाना साडे साधु संतां दे की काम माया मोह प्यार। हां जी हां सोडे ही भला शेरा करना। और बाबा बढ़िया चलदा फिर डेरा डूरा ਵਧੀਆ ਚੱਲੀ ਜਾਂਦਾ ਸ਼ੇਰਾ ਸੰਗਤ ਆਈ ਜਾਂਦੀ ਆ ਸੰਗਤ ਨਾਲ ਹੀ ਆ ਡੇਰਾ ਦਾ ਜੀ ਸਮੁੰਦਰ ਦਾਸ ਦਾ ਨਾਂ ਚੱਲਦਾ ਗੁਰੂ ਜੀ ਬਹੁਤ ਪਹੁੰਚੇ ਹੋਏ ਆ ਕਿਰਪਾ ਭੋਲੇਨਾਥ ਦੀ ਮਾਂ ਕਾਲਕਾ ਦੀ ਮਹਾਮਾਈ ਦੀ ਬਹੁਤ ਮੰਨੇ ਹੋਏ ਸਾਧੂ ਹੈ ਕਰਨਾ ਤਾਂ ਉਹਨੇ ਆ ਭਾਈ ਕਹਿੰਦੇ ਤਾਂ ਹੁੰਦੇ ਆ ਸਿਆਣੇ ਬਾਬਾ ਜਿਹੜਾ ਕਰੂ ਸੇਵਾ ਉਹਨੂੰ ਮਿਲੂ ਮੇਵਾ। ਹਾਂ ਹਾਂ ਸ਼ੇਰਾ ਇਹ ਤਾਂ ਪਹਿਲੀ ਗੱਲ ਨਾਲ ਆ ਗੱਲ ਸੰਗਤ ਆਈ ਜਾਂਦੀ ਆ ਸੰਗਤ ਨਾਲ ਹੀ ਆ ਭਾਈ ਜਿੱਥੇ ਬੰਦੇ ਆ ਉੱਥੇ ਰੱਬ ਵੀ ਆ ਹੈ ਇਹ ਤੇ ਬੱਚਾ ਕਿਹਦੇ ਨਾਲ ਆਇਆ ਇਹ ਉਹਨਾਂ ਨਾਲ ਆਇਆ ਜੀ ਉਹ ਭਰਤੀ ਵਾਲਾ ਮੁੰਡਾ ਜਿਹੜਾ ਇਹ ਤੇ ਵੀ ਕੋਈ ਛਾਇਆ ਲੱਗਦੀ ਹੈ ਸ਼ੇਰਾ ਮੈਨੂੰ। ਅੱਛਾ ਜੀ ਬਾਬਾ ਫੁੜਕਣੀਆਂ ਲੱਗਦੀਆਂ ਨੂੰ ਨੀਂਦ ਚੁੜਦਾ ਨਾਲੇ ਫੁੜਕਣੀਆਂ ਲੱਗਦੀਆਂ ਨੂੰ ਰਾਸ ਨੂੰ ਨੀਂਦ ਚ ਤੁਰਦਾ ਨੀਂਦ ਚ ਮੈਂ ਦੇਖੀ ਮੈਨੂੰ ਚੀਜ਼ ਆ ਉੱਥੋਂ ਹੀ ਦਿਸ ਗਈ ਆਉਂਦੀ ਮੈਂ ਕਿਹਾ ਕੋਈ ਭਾਰੂ ਹੈ ਨਾ ਤੇ ਕਾਨਾ ਬਾਬਾ ਹਾਂ ਇਹਦਾ ਛਿੜਾ ਕਰਾਂਗੇ ਭਲਾ ਕਰੋ ਗੁਰੂ ਜੀ ਦਾ ਕਿਰਪਾ ਹਾਂ ਇਹਦਾ ਵੀ ਕਰਦੇ ਆ ਹਾਂ ਹਾਂ ਲਾ ਉਹ ਹੋ ਜਾ ਛਿੜਾ ਮੜਾਇਆ ਅੱਗੇ ਹੋ ਜਾ ਬਿਸਮਿਲਲਾ ਲਾਇ ਲਬਲਲਾ ਜੈ ਮਹਾਮਾਈ ਕਾਲਕਾ ਕਰਦੇ ਭਲਾ ਜੈ ਭੈਰੋਨਾਥ ਸ਼ਿਵ ਭੋਲੇਨਾਥ ਤਾਰ ਭਰਿੰਡੀ ਪਾਰ ਭਰਿੰਡੀ ਖਿੱਚ ਲੈ ਇਹ ਚੋ ਮੁੰਡੇ ਚੋ ਬਾਹਰ ਆਇਆ ਮੇਰੇ ਸੁਭਾਅ ਦਾ ਪਤਾ ਤੈਨੂੰ ਲਿਪਲੀ ਲਾਈ ਲਈ ਲਿਪਲੀ ਲਾਈ ਲਈ ਲਿਪਲੀ ਲਾਈ ਖਿੱਚ ਸ਼ਰਾ ਬੇੜੇ ਪਾਰ ਜਨਾਨੀ ਦਾ ਸਾਇਆ ਸੀ ਤੇ ਧੰਨਾ ਗੁਰੂ ਜੀ ਬੈਰ ਨੂੰ ਛੋਟੇ ਕਰਿਆ ਕਰਾਇਆ ਘਰਾਂ ਚ ਸ਼ਰਾ। ਅੱਛਾ ਜੀ ਹਾਂ ਜਾ ਹੁਣ ਨੀ ਤੱਤੀ ਬਾ ਲੱਗਦੀ ਇਹਨੂੰ ਮੁੰਡੇ ਨੂੰ ਦੇ ਤਵੀਤ ਫੁਰਤੀ ਦਾ ਆਪਣਾ ਹੀ ਭਗਤੀ ਦਾ ਟਾਈਮ ਹੋ ਰਿਹਾ ਦੇਣੇ ਗੁਰੂ ਜੀ ਦੇ ਤਵੀਤ ਬਣਾ ਕੇ ਭਰਤੀ ਵਾਲੇ ਮੁੰਡੇ ਨੂੰ ਦੇ ਧਾਗਾ ਜਾਣ ਤੇ ਇਹਨਾਂ ਨੂੰ ਜਿੱਦਾਂ ਜਾਊ ਜੀ ਪੇੜੇ ਬਾਹਰ ਇਹਦੇ ਹਾਂ ਕਰਦੇ ਜੰਗਲ ਮੰਗਲ ਆਹ ਕਰ ਦੇ ਬੇੜੇ ਪਾਰੇ ਦੇ ਜਵਾਕ ਦੇ ਕਦੇ ਸਿੱਧਾ ਜਾਵੇ ਤੀਰ ਵਾਂਗੂ ਹੋ ਗਈ ਜੀ ਤੁਹਾਡੀ ਕਿਰਪਾ। ਹਾਂ ਡੇਰੇ ਤੇ ਰੰਗ ਕਰਾਉਂ ਬਾਬਾ ਲਵਾ ਦੋ ਮੈਂ ਕਿਹਾ ਬੱਲੇ ਬੱਲੇ ਹੋ ਜੂ ਬੱਲੇ ਬੱਲੇ ਜਦੋਂ ਤੂੰ ਇੰਨੀ ਖੁਸ਼ੀ ਨਾਲ ਤਨੋ ਮਨੋ ਸ਼ੇਰਾ ਸੇਵਾ ਕਰਦਾ ਫਿਰ ਕਿਉਂ ਨਾ ਰਹੂ ਯਾਰ ਤਾਂ ਗੁਰੂ ਜੀ ਮਾੜਾ ਧੂਣੇ ਦੀ ਉੱਦੀ ਦੇ ਦਿਓ ਚਾਹ ਕੇ। ਹਾਂ ਲੈ ਲੈ ਓ ਸ਼ੇਰਾ ਜਾ ਉਹ ਮੁੰਡਾ ਭਰਤੀ ਵਾਲੇ ਨੂੰ ਫੜ ਛੇਰਾ ਤੂੰ ਫੜ ਆਪ ਲੈ ਜਾਓ ਸ਼ੇਰਾ ਹੁਣ ਬੜਾ ਟਾਈਮ ਬੈਠਾ ਹੋਣਾ ਸਾਡੇ ਕੋਲੇ ਸਾਡਾ ਹੀ ਭਗਤ ਜਿਹਾ ਟਾਈਮ ਆ ਬਾਬਾ ਹੁਣ ਤਾਂ ਵਰਦੀ ਪਾ ਕੇ ਆਉਂ ਮੈਂ ਕਿਹਾ ਜਾ ਜਾ ਕਾਰ ਹੋ ਜੂ ਆਏ ਘਰ ਫੁਰਤੀ ਦਾ ਸਾ। ਹਾਂਜੀ ਵਿਆਹ ਤੇਰਾ ਵੀ ਨਾ ਵਿਆਹ ਨਹੀਂ ਹੋਇਆ ਮੇਰਾ। ਹਾਂਜੀ ਮੈਂ ਤੈਨੂੰ ਆਸਲ ਵਿਚਲੀ ਗੱਲ ਦੱਸਾਂ ਨਾ। ਹਾਂ ਦੱਸੋ ਗੁਰੂ ਜੀ। ਅੱਜ ਆ ਪੂਰਨਮਾਸੀ। ਅੱਛਾ ਜੀ ਤੇ ਮੈਂ ਅੱਜ ਸਿਲਾ ਸੁਲਾ ਕੱਢ ਕੇ ਨਾ ਤੇ ਇੱਥੇ ਪਰੀਆਂ ਤਾਰੂ ਮੈਂ ਉੱਤੋਂ। ਹਾਂ ਗੁਰੂ ਜੀ ਐਵੇਂ ਕਿਉਂ ਮਰੀ ਨਾ ਐਡੀ ਛੋਟੇ ਚ ਕੀ ਮੈਂ ਕਿਹਾ ਤੂੰ ਮੈਨੂੰ ਤਾਂ ਲੱਗਦਾ ਨਹੀਂ ਮੈਂ ਕਦੇ ਤੈਨੂੰ ਅਸਲ ਗੱਲ ਦੱਸੀ ਨਹੀਂ ਹੈ ਵਿਚਲੀ। ਅੱਛਾ ਆਹ ਜਿਹੜਾ ਦਰਖਤ ਆ ਨਾ ਬਰੂਟਾ। ਅੱਛਾ ਜੀ ਇਹ ਤੋਂ ਪਰੀਆਂ ਤਾਰੂ ਦੇਖੋ ਤੇ ਕਿਤੇ ਬੇਈਮਾਨ ਨਾ ਹੋ ਜਿਵੇਂ ਭਗਤੀ ਦੇ ਵਿੱਚੋਂ ਲੀਨ ਨਾਲ ਤੂੰ ਉਹ ਨਹੀਂ ਨਹੀਂ ਗੁਰੂ ਜੀ ਅੱਗੇ ਆਪਾਂ ਕਦੇ ਕਰਿਆ ਇਹ ਜਿਹਾ ਕੰਮ ਆਪਣੇ ਮੂਹਰੇ ਹੋਣੀਆਂ ਪ੍ਰਗਟ। ਅੱਛਾ ਜੀ ਝਾਕਣਾ ਨਹੀਂ ਉਹਨਾਂ ਬਿਨਾ। ਠੀਕ ਹੈ ਜੀ ਉਹਨਾਂ ਬੰਨੀ ਨਹੀਂ ਝਾਕਣਾ ਜਮਾ। ਠੀਕ ਹੈ ਭਗਤੀ ਜੀ ਲੱਗੇ ਰਹਿਣਾ। ਠੀਕ ਹੈ ਜੀ ਜਿਹੜਾ ਜਮਾ ਹਿੱਲ ਹੋ ਗਿਆ ਆਖਣੀ ਕੀ ਮੰਗਣਾ ਮੰਗੋ। ਅੱਛਾ ਜੀ ਉਹ ਤੂੰ ਪਹਿਲਾਂ ਨਹੀਂ। ਠੀਕ ਹੈ ਵਿਆਹ ਕਰਾਵਾਂਗੇ ਇੱਕ ਜਣਾ ਤੇਰਾ ਕਰਾ ਦੂੰ ਮੈਂ ਤਾਂ ਦੇਖ ਕਰਾਉਂਦਾ ਨਹੀਂ ਫਕੀਰ ਬੰਦਾ। ਠੀਕ ਹੈ ਜੀ ਤੇਰਾ ਮੈਂ ਕਰਾ ਦੂੰ ਤੂੰ ਉਹਦਾ ਘਰ ਬਸਾ ਲਈ। ਠੀਕ ਹੈ ਧੰਨ ਹੈ ਗੁਰੂ ਜੀ। ਹਾਂ ਅੱਜ 12 ਵੱਜ ਜਾਣਦੇ ਬਸ ਟਾਈਮ ਥੋੜੀ ਰਹਿ ਗਿਆ ਤਾਂ ਹੀ ਉਹ ਮੁੰਡਿਆਂ ਨੂੰ ਭੇਜਤਾ ਸੇਵਾਦਾਰਾਂ ਨੂੰ। ਠੀਕ ਹੈ ਅੱਜ ਤੈਨੂੰ ਕੱਢ ਕੇ ਕਰੋ ਫਿਰ ਕਿਰਪਾ ਗੁਰੂ ਜੀ ਸਿਲਾ ਤੈਨੂੰ ਅੱਜ ਕੱਢ ਕੇ ਦੇਉ ਮੰਨ ਜੇਗਾ। ਠੀਕ ਹੈ ਜੀ ਬਾ ਪਰਨਾ ਤੇ ਰਹੀ ਨਾ ਹੀ ਪੱਕੇ ਆ। ਹਾਂ ਬਸ ਜਾ ਜਾ ਕਾਰ ਹੋ ਜਾਣੀ ਆ। ਠੀਕ ਅੱਜ ਕੱਢਦਾ ਮੈਂ ਸਿਲਾ ਬਹੁਤ ਚਿਰ ਦੇ ਮੇਰੇ ਗੱਲ ਮਨ ਚ ਸੀ ਮੈਂ ਕਿਹਾ ਫੁਰਤੀ ਦਾ ਭਲਾ ਕਰੀਏ। ਹੋਰ ਜੀ ਕਰੋ ਬਹੁਤ ਚਿਰ ਗਿਆ ਮੈਨੂੰ ਵੀ ਸੇਵਾ ਕਰਦੇ ਨੂੰ। ਬਹੁਤ ਤੈਨੂੰ ਯਾਰ ਉਮਰ ਹੀ ਨਾ ਗਿਆ 20-25 ਸਾਲ ਹੋ ਗਏ ਅੱਜ ਦਾ ਮੇਰੇ ਨਾਲ ਤੂੰ ਬਹੁਤ ਡਾਲੀ ਕਰ ਲਈ ਹੁਣ ਤੇਰਾ ਭਲਾ ਵਕਤ ਆ ਗਿਆ ਤੇਰਾ ਭਲੇ ਦਾ।
ਅੱਜ ਤੈਨੂੰ ਪਰੀਆਂ ਲਾ ਕੇ ਦੂੰਗਾ ਤਾਹਾਂ ਤੋਂ। ਠੀਕ ਹੈ ਜੀ, ਹੁਣ ਕਰ ਡਰ ਹੈ ਨਾ ਤੂੰ ਪੂਰਾ। ਠੀਕ ਹੈ ਗੁਰੂ ਜੀ, ਮੈਂ ਦੇਖਦਾ ਦੋ ਹੱਥ ਕਰਦਾ ਸਿਲਾ। ਠੀਕ ਹੈ ਜੀ, ਹਾਂ ਲਾਉਣ ਦੇ ਮੈਨੂੰ ਬਾਬਾ ਕਿਰਾਂ। चल कोई नी, हाजिर हो जय गुरु पीर उस्ताद कर अंबर दियां परियां आन गद्दी ते भरियां। खिचला 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 परी राणो ते मखाणो, हां इत्थे आमो तो जाणो। वाह नाग दे बच गए किथे खेड़ दियां उतरिया, दिखाई दे दे हुण, बहुत टाइम हो गया मैनू भी भगती करदे नूं। तेरा भला हो जाए, तेरा जय हो जय हो जय हो। खिचला हुण दे दे दिखाई किथे मरदी आ, छड्डू तैनू ला के दिखाई दे जे हुण अंबर दे विचों, तू बरूटे दे विचली दिखाई दे जा। परियां छड्डू अंबर दियां ला के मैं, आए कोई माड़ा मोटा फुद्दू साध आ मैं, देखे नी चकमके मेरे। हां दिखाई दे हुण अमड़िए किथे खेड़ दियां, दे दिखाई दे। घर दे अज मरादा पूरियां, बना दें फुरती दास दी जोड़ी। जय हो जय हो जय हो। कहिंदा आ जा टूने ते बर जा हुण कमलिए, बहुत टाइम हो गया 40 साल हो गए तपस्या करदे नूं, दे अज दिखाई, अज सीधे मेल होणगे अज अंबर दियां परियां दे नाल। मन्ने फिर फुरती दस। हां गुरु जी मन्नांगे। कहदे बौड़ गियां। ठीक है धन है जी। खिचला 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 जाए आए करी। अच्छा गुरु जी अच्छा। हां जी ए असी देखिया सिले कर कर बंजा ना डोल जांदा मन। अच्छा जी मुंह जेला पक्का। ठीक है ते परना ते रही ना? परना ते रहा गुरु जी। परियां दा कोई टाइम नहीं जांदा आउण वालियां। ठीक है जी। हां मैं आपदा लाउना शिस्त। ठीक है पाठ भजन करदा। हां जे तू उलझना नहीं उना मनी झाकना नहीं।
ਠੀਕ ਹੈ ਗੁਰੂ ਜੀ, ਵਿੜਕ ਨੀ ਲੈਣੀ ਕਿਸੇ ਗੱਲ ਦੀ, ਠੀਕ ਹੈ, ਤੂੰ ਹੱਥ ਜੋੜ ਕੇ ਬੈਠਾ ਰਹੀ, ਠੀਕ ਹੈ ਜੀ, ਮੈਂ ਉਹਦੀ ਵਿਦਿਆ ਤੰਤਰ ਲਾਉਣਾ, ਠੀਕ ਹੈ ਠੀਕ ਹੈ ਜੀ, ਹਾਂ ਲੈ ਕਰਦਾ ਹੋ ਜਾ ਕੰਮ ਤਾਂ ਬਣਿਆ ਪਿਆ, ਠੀਕ ਹੈ ਜੀ, ਜੈ ਬਸਮਿਲਾ ਹੋ ਜਾ ਲੈ ਕਰਦੇ ਹਾਜ਼ਰ ਦੇਵਤਾ, ਅਗਨੀ ਦੇਵਤਾ ਕਰਦੇ ਅੱਜ ਹਾਜ਼ਰ, ਗੁਰ ਵਿਦਿਆ ਸਾਰੀ ਲਾ ਤੀ ਤੰਤਰ ਮੰਤਰ ਤੇਰੇ ਤੇ, ਕਰਦੇ ਹਾਜ਼ਰ ਅੱਜ ਤੀ ਤੰਤਰ ਵਿਦਿਆ ਖੇਡ ਲਈ, ਹੋ ਜਾਣ ਹਾਜ਼ਰ ਐ ਭਲਾ ਹੋ ਜੇ, ਸਲਾਮ ਗੁਰੂ ਜੀ, ਐ ਇੱਥੇ ਹੀ ਖੜ ਜਾਓ ਹੱਲਿਓ ਨਾ, ਜੈ ਗੋਖ ਨਾਥ, ਹੋ ਜਾਣ ਹਾਜ਼ਰ, ਜੈ ਬਸਮਿਲਾ ਉਲਾਦ, ਅੱਜ ਬੜੇ ਚਿਰਾਂ ਤੋਂ ਤਪੱਸਿਆ ਤੇ ਤੇਰੀ ਦਾ ਜੁਟਿਆ ਸੀ ਭੋਲੇ ਨਾਥ, ਰਗੜ ਵਿਗੜ 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 ਚਿੱਤ, ਅੱਜ ਸਾਧ ਕੋਲੇ ਡੱਕਿਆ ਸੁੱਖੇ ਦਾ ਬੋਰਡ ਮਾਰੀ ਜਾਂਦਾ ਹੈ, ਅੱਜ ਮੌਕਾ ਹੈ ਪਰੀਆਂ ਕਿਹੜਾ ਰੋਜ਼ ਰੋਣੀਆਂ, ਪਰਕਾ ਲਈਏ ਇੱਕ ਕੰਮ ਤਾਂ ਚੰਗਾ, ਸਾਧ ਨੂੰ ਤਾਂ ਕੀ ਪਤਾ ਲੱਗਣਾ ਡੱਕਿਆ ਸੁੱਖੇ ਦਾ ਪੇ ਮੰਡਿਆ ਰਹੂ, ਜੋ ਕੇ ਤਾਂ ਦੇਖੀਏ ਇੱਥੇ ਬੇੜੇ ਤਾਰਤੇ ਸਾਧ ਨੇ ਸੱਚਾ ਸੀ, ਸਾਧ ਵੀ ਅੜਬ ਹੈ ਕਿਤੇ ਪਤਾ ਹੀ ਨਾ ਲੱਗ ਜੇ, ਸਾਧ ਕੰਜਾ ਦਾ ਹੈ ਤਾਂ ਸੱਚਾ ਸੀਗਾ, ਪਰੀਆਂ ਤਾਰੂ ਤਾਰਤੀਆਂ ਅੱਜ ਪਰੀਏ, ਅੱਜ ਤਾਂ ਕੋਈ ਹੀਲਾ, 20 ਸਾਲ ਹੋ ਗਏ ਸਾਧ ਦੇ ਮਗਰ ਫਿਰਦਿਆਂ ਨੂੰ, ਭੈਣ ਯਾਰ ਦੀ ਖੜਦੀ ਕਿਉਂ ਨੀ, ਖੜ ਜਾ ਬੈਰ ਨੇ ਤਾਰ ਦੇ, ਜਗੜ ਜੜੂ ਦੀ ਕੜਕ ਨੂੰ ਦੀ ਅੱਜ ਤਾਂ ਇੱਕ ਲੱਤ ਤੇ ਖੜਾ ਦੂ ਸਾਈ ਰਾਤ, ਅੱਛਾ ਉਹ ਸਾਧ ਮੈਂ ਤਾਂ ਕਹਿੰਦਾ ਲੈ ਚੱਲੀਏ ਪਰਕਾ ਲਈਏ ਸਾਧ ਕੋਲੇ, ਕੀ ਹੈ ਡੱਕਿਆ ਸੁੱਖੇ ਦਾ ਮਾਰੀ ਜਾਂਦਾ ਬੋੜ, ਕੁੰਡੀ ਪਾ ਯਾਰ ਦੀ ਭਾਈ ਦੀ ਕਿਉਂ ਹੈ, ਇਹਨੂੰ ਦੇਖੀਏ ਇਹ ਭਾਈ ਇੱਧਰਲੀ ਦੇਖ ਲਈ ਯਾਰ, ਸਾਹ ਵੀ ਨਾ ਕਿਤੇ ਉੱਠ ਖੜੇ ਇਹ ਮਰਵਾਓ, ਨਹੀਂ ਨਮਟਕੀ 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 ਨਮਟਕੀ, ਆਹ ਚੰਗੀ ਲੱਗਦੀ ਹੈ ਫੁਰਤੀ ਨਾਲ ਸਾ ਇਹਨੂੰ ਪਰਕਾ, ਯਾਰ ਕਿਤੇ ਸਾਧ ਵੀ ਨਾ ਉੱਠ ਖੜੇ ਇਹ ਮਰਵਾਓ, ਸਾਧ ਨੂੰ ਵੀ ਉਹ ਲਈ ਗਏ ਤੇ ਉਹੀ ਤਾਂ ਪੱਦ ਕੱਢੀ ਜਾਂਦਾ ਭਾਈ ਦਾ, ਯਾਰ ਯਾਦ ਹੀ ਬੈਠਾ ਹੋਵੇ ਡੱਕਿਆ ਸੁੱਖੇ ਦਾ, ਇਹਨੂੰ ਵੀ ਪਤਾ ਲੱਗਦਾ ਆਪੇ ਦੇਖੀ ਜਾਊ ਜਿਹੜੀ ਚੱਲੀਏ ਕਿਰਾਂ, ਹੁਣ ਤਾਂ ਸਾਧ ਨੂੰ ਵੀ ਟੇਕ ਦੀਏ ਬਹੁਤ ਵੱਡਾ ਕੰਮ ਕਰਿਆ, ਮੈਂ ਆ ਜਾ ਕਰਮ ਵਾਲੀ ਇਹਨੂੰ ਮੱਥਾ ਟਿਕਿਆ ਕੇ ਲਿਆ, ਮੈਂ ਪਾਣੀ ਬਣਾ ਪਤਾਲ ਬਣਾ ਬੋਰ ਬਣਾ ਨਲਕਾ ਬਣਾ ਪਰੀ ਬਣਾ ਪ੍ਰੇਤ ਬਣਾ ਬਣਾ
मेरे आका थारो चेला था मारी बहन को ले गया है? थारो चेला मारी बहन को ले गया परी को। दो परियां गया सी? हां एक को थारो चेला ले गया। एदा बेड़ा बैज वो फुर्ती दा सा तेरा, मैनू पहले ही शक सी, 20 साल हो गया अज ताई तू एजा काम नहीं करया। चावल मेरी तो गर थी ना भैन 20 साल तपस्या की, छड़दा नहीं, किधर नू गया पर गए फुर्ती दा सा तेरा बै ये बेड़ा, दिखाती करतूत पाती भरती भंगना, इधर आ जा मेरा सालिया लत्तां अड़ा दूं तेरियां। ए की कर्म करया तू? की हो गया गुरु जी? धर्म दा छत्या नाश करता है परी देवी, इधर मुरे लग जा मेरे। ओ ता गुरु जी मैं समाधा दे मत्था टेक क्यों ले आया सी? इधर करिया छुन छिन लिया समाधा, उथे परी दा है, मैं तेरिया खुच्चा अड़ा दूं तेरियां, 20 साल हो गए या कम नहीं करया तू, है बेईमान हो गया परी ते? नहीं गुरु जी, सुनो 20 साल करते बेड़े सत्या नाश मेरे, अज तू बाद चेला मैं नहीं तेनू रखना नाल जा आपदे घर नू। गुरु जी इहो जे बचन ना करो, जा लै जा इसे परी दी बांह फड़के जा भज जा, जेड़ा तेरे नाल बचन होया सी साध पकाऊगा, जा बसा ला आपदा घर, लै जा परी इहनां नू। तू तो जेड़ा काम करना ले जा, तुर जा मेरी अखां तो परे हो जा दोने, ले जा राम राम, ले जा भी ले जा। आ जा भैन दे यार दी की भाल दियां तार ते साध ने, 20 साल हो गए इत्थे गोडे रगड़ाउंदिआं नूं, बचा ते नजारा ही आ गया जमा। जा परी देवी तू भी आवदे, जा आवदे देखा नूं साडे संतां कोल।